ਕੱਪੜਾ ਘੇਰ ਲੈਣਾ ਤੇ ਅੱਛਾ ਗੱਡੀ ਲਾ ਕੇ ਮੈਨੂੰ ਵੀ ਰੱਖਿਆ ਕਰ ਤੇਰੇ ਨਾਲ ਤੇਰੇ ਨਾਲ ਹੀ ਰੱਖਿਆ ਕਰਾਂਗੇ ਤੈਨੂੰ ਨਾਲ ਹੀ ਰੱਖਿਆ ਕਰਾਂਗੇ ਅੱਜ ਅਸੀਂ ਥੋੜ੍ਹਾ ਕੰਮ ਜਾ ਕੇ ਆਉਣੇ ਆ ਠੀਕ ਹੈ ਹਾਂ ਫਿਰ ਆ ਕੇ ਮਿਲਾਂਗੇ ਤੁਹਾਨੂੰ ਤੇਰੇ ਰੋਲ ਦੇਵਾਂਗੇ ਵੀਡੀਓ ਚੰਗਾ ਇੱਕ ਬਾਬਾ ਬਣੇਗਾ ਬਣੂੰਗਾ ਬਸ ਠੀਕ ਹੈ ਹਾਂ ਹਾਂ ਡੱਕ ਦੇ ਮਿੱਤਰਾ 70 ਲੀਟਰ 70 ਲੀਟਰ 72 ਲੀਟਰ ਪਰ ਯਾਰ ਬਿੱਲੀ ਜ਼ਰੂਰ ਦੇਖੋ ਚੌਥਾ ਪਾਰਟ ਕਿਉਂਕਿ ਅੱਜ ਸੈਚਰਡੇ ਆ 10 ਵਜੇ ਵੀਡੀਓ ਆਪਣੀ ਆ ਚੁੱਕੀ ਹੈ ਤੇ ਹੁਣ ਅਸੀਂ ਚੱਲਿਆ ਮਾਨਸਾ ਡਿਸਟ੍ਰਿਕਟ ਦੇ ਵਿੱਚ ਕਲਹਿਰੀ ਪਿੰਡ ਖੂਨਦਾਨ ਕੈਂਪ ਤੇ ਉੱਥੇ ਸਾਰੇ ਯਾਰ ਬਿੱਲੀ ਨੂੰ ਮਿਲਦੇ ਹਾਂ ਤੇ ਫਿਰ ਅੱਜ ਥਣ ਦੇ ਵਿਚਾਰ ਤੁਹਾਨੂੰ ਫੇਰ ਦੱਸਦੇ ਹਾਂ ਨਹਿਰ ਨਹਿਰ ਪਾਲੀ ਬੱਲੀਏ ਹੁਣ ਯਾਰ ਤੇਰਾ ਸ਼ੂਕ ਦਾ ਨੀ ਆਊ ਨੀ ਨਰੇ ਨਰ ਪਰਮਾਨੈਂਟ ਗੱਲਬਾਤ ਸੁਣਾ ਹੋਵੇ ਕੋਈ ਪਰਮਾਨੈਂਟ ਨਰੇ ਨਰ ਪਾਲੀ ਬੱਲੀ ਇਹ ਕਹਿੰਦਾ ਯਾਰ ਤੇਰਾ ਸ਼ੂਕ ਦਾ ਨੀ ਜਾਊ ਕਲਹਿਰੀ ਵਿੱਚ ਆਊ ਖੂਨਦਾਨ ਕਰ ਦੋ ਤੁਹਾਡੇ ਚ ਬਥੇਰਾ ਖੂਨ ਆ ਕਰੇਗਾ ਕਦਾਨ ਕਰਦੇ ਤੂੰ ਕਰਦੇ ਤੂੰ ਕਰਦੇ ਓਏ ਪ੍ਰੋਡਿਊਸਰ ਨੇ ਘਟਾਤਾ ਤੇਰਾ ਤੇਰਾ ਤਾਂ ਨੀ ਕੱਟਿਆ ਹੋਇਆ ਅੱਛਾ ਵੀ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸੱਚੀ ਸੇਵਾ ਸੁਸਾਇਟੀ ਯੂਰਪ ਵੱਲੋਂ ਅਸੀਂ ਪਿੰਡ ਕਲਹਿਰੀ ਜ਼ਿਲ੍ਹਾ ਮਾਨਸਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਚੌਥਾ ਬਲੱਡ ਕੈਂਪ ਲਾਇਆ ਗਿਆ ਸਾਡੀ ਸੁਸਾਇਟੀ ਵੱਲੋਂ ਅਤੇ ਮਾਨਸਾ ਦੇ ਪਿੰਡ ਕਲਹਿਰੀ ਦੀ ਪੰਚਾਇਤ ਵੱਲੋਂ ਰਲ ਕੇ ਅਤੇ ਸਾਡੀ ਸੇਵਾ ਜਿਹੜੀ ਸਾਡੀ ਸੱਚੀ ਸੇਵਾ ਸੁਸਾਇਟੀ ਦਾ ਜਿਹੜਾ ਮੇਨ ਮੋਟਿਵ ਆ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣਾ ਜਾਂ ਸਕੂਲ ਦੀ ਬੱਚਿਆਂ ਦੀ ਸਹਾਇਤਾ ਕਰਨੀ ਜਾਂ ਜਿਹੜੇ ਪਰਿਵਾਰ ਆਪਣਾ ਘਰ ਦਾ ਗੁਜ਼ਾਰਾ ਨਹੀਂ ਕਰ ਸਕਦੇ ਉਹਨਾਂ ਲਈ ਆਪਾਂ ਹੈਲਪ ਕਰਨੀ ਆ ਕਿਸੇ ਬੱਚੇ ਦੀ ਪੜ੍ਹਾਈ ਦੀ ਫੀਸ ਨਹੀਂ ਦੇ ਸਕਦਾ ਕੋਈ ਜਾਂ ਕਿਸੇ ਪਰਿਵਾਰ ਦੇ ਵਿੱਚ ਕੋਈ ਮਰੀਜ਼ ਆ ਜਿਹੜਾ ਕੋਈ ਬਿਲਕੁਲ ਵੀ ਇਲਾਜ ਤੋਂ ਬੈਠਾ ਆ ਵੀ ਇਲਾਜ ਨਹੀਂ ਕਰਵਾ ਸਕਦਾ ਅਸੀਂ ਉਸ ਪਰਿਵਾਰ ਦੇ ਲਈ ਹਰ ਵੇਲੇ ਤਿਆਰ ਰਹਿੰਦੇ ਹਾਂ ਮਦਦ ਦੇ ਲਈ ਅਤੇ ਬਾਕੀ ਸਾਡੇ ਸਰਪੰਚ ਸਾਹਿਬ ਪਿੰਡ ਪਹੁੰਚਿਆ ਕਲਹਿਰੀ ਜ਼ਿਲ੍ਹਾ ਮਾਨਸਾ ਇਹਨਾਂ ਬਾਈਆਂ ਨੇ ਬਹੁਤ ਵਧੀਆ ਕੰਮ ਕਰਿਆ ਖੂਨਦਾਨ ਦਾ ਕੈਂਪ ਲਗਾਇਆ ਇਹਨਾਂ ਨੇ ਬਾਈਆਂ ਨੇ ਇਹ ਚੌਥਾ ਖੂਨਦਾਨ ਕੈਂਪ ਹੈ ਇਹ ਯੂਰਪ ਵਾਲੇ ਵੀਰ ਨੇ ਇਹ ਪਿੰਡ ਦੇ ਸਰਪੰਚ ਨੇ ਸੋ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਨੂੰ ਬੁਲਾਇਆ ਸੀ ਕਿ ਜ਼ਰੂਰ ਆਵਾਂਗੇ ਜੋ ਕੋਈ ਵੀ ਬੰਦਾ ਮਾਨਤਾ ਦੀ ਸੇਵਾ ਕੋਈ ਵਧੀਆ ਕੰਮ ਕਰ ਰਿਹਾ ਸਾਨੂੰ ਬੁਲਾਓ ਜੇ ਕੋਈ ਵਿਆਹ ਸ਼ਾਦੀ ਆ ਜਾਂ ਪਾਰਟੀ ਆ ਉੱਥੇ ਦੀ ਜਾ ਕੇ ਖੁਸ਼ ਨਹੀਂ ਹੈਗੇ ਜੋ ਕਿ ਖੂਨਦਾਨ ਕੈਂਪ ਹੈ ਜਾਂ ਕੋਈ ਲੋੜਵੰਦਾਂ ਦੀ ਕੋਈ ਹੈਲਪ ਕਰ ਰਿਹਾ ਅਸੀਂ ਜ਼ਰੂਰ ਪਹੁੰਚਾਂਗੇ ਇਹ ਯੂਰਪ ਵਾਲੇ ਭਰਾ ਨੇ ਇਹ ਆਪਦੀ ਸੁਸਾਇਟੀ ਚਲਾ ਰਹੇ ਨੇ ਸਾਡਾ ਕੰਮ ਹੈ ਅਸੀਂ ਪ੍ਰਮੋਸ਼ਨ ਕਰਨਾ ਕਿ ਬਾਈਆਂ ਬਾਰੇ ਪਤਾ ਲੱਗੇ ਕਿ ਹੋਰ ਬੰਦੇ ਜਾਣਨ ਤਾਂ ਕਿ ਦੇਖ ਕੇ ਹੋਰ ਬੰਦੇ ਮਤਲਬ ਕਿ ਟੀਮ ਨਾਲ ਜੁੜਨ ਕਿਹੜੇ ਕਿਹੜੇ ਬਾਈਆਂ ਨੇ ਖੂਨਦਾਨ ਕਰਿਆ ਸੀਗਾ ਕਿੰਨੇ ਕੋਈ ਆ ਸਾਰੇ ਬਾਈਆਂ ਦਿਖਾ ਜਿਹੜੇ ਜਿਹੜੇ ਬਾਈਆਂ ਨੇ ਖੂਨਦਾਨ ਕਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਕਦੇ ਵੀ ਖੂਨ ਦੀ ਲੋੜ ਹੋਵੇ ਇਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ ਜੇ ਕਈ ਵਾਰ ਐਮਰਜੈਂਸੀ ਕੋਈ ਬੰਦਾ ਹਸਪੀਟਲ 'ਚ ਪਿਆ ਖੂਨ ਨਹੀਂ ਮਿਲ ਰਿਹਾ ਤੂੰ ਸਾਨੂੰ ਇੰਸਟਾਗ੍ਰਾਮ 'ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਸਾਡਾ ਨੰਬਰ ਹੈ 97804 90000 ਕਈ ਵਾਰ ਕਿਸੇ ਕੋਲ ਖੂਨ ਨਹੀਂ ਹੁੰਦਾ ਐਮਰਜੈਂਸੀ ਲੋੜ ਹੁੰਦੀ ਹੈ ਤਾਂ ਬੰਦਾ ਭੇਜ ਕੇ ਅਸੀਂ ਹੈਲਪ ਕਰ ਸਕਦੇ ਹਾਂ ਸੋ ਇਹਨਾਂ ਦਾ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਬੁਲਾਇਆ ਬੁਲਾਓ ਅਸੀਂ ਜ਼ਰੂਰ ਆਇਆ ਕਰਾਂਗੇ ਤੁਹਾਡੇ ਕੋਲ ਅਤੇ ਅਸੀਂ ਇਸ ਪਿੰਡ ਦਾ ਨੌਜਵਾਨ ਵੀਰ ਆਪਣੇ ਨਾਲ ਸਾਡੀ ਜਿਹੜੀ ਸੁਸਾਇਟੀ ਦਾ ਮੈਂਬਰ ਆ ਨਵੀਂ ਵੀਰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਇਸ ਪਿੰਡ ਦੇ ਹੋਰ ਵੀ ਭਰਾਵਾਂ ਨੂੰ ਵੀ ਇਸ ਵੀਰ ਦੇ ਨਾਲ ਰਲੋ ਅਤੇ ਤਾਂ ਕਿ ਇਹ ਭਰਾ ਜਿਹੜਾ ਸਾਡਾ ਵੱਧ ਤੋਂ ਵੱਧ ਲੋਕਾਂ ਦੇ ਜਾਣੀ ਕਿ ਪਿੰਡ ਤੱਕ ਪਹੁੰਚ ਕੇ ਜਿਹੜੇ ਪਰਿਵਾਰ ਗਰੀਬ ਉਹਨਾਂ ਤੱਕ ਪਹੁੰਚ ਸਕੇ ਕਿਉਂਕਿ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਜੋ ਵੀ ਸਾਡੇ ਦੇਖਦੇ ਆ ਨਾ ਇਸ ਪਿੰਡ ਦੇ ਵਿੱਚ ਵੀ ਇਸ ਵੀਰ ਦਾ ਜ਼ਰੂਰ ਸਾਥ ਦਿਆ ਕਰੋ ਤਾਂ ਕਿ ਇਹ ਵੀਰ ਵੱਧ ਤੋਂ ਵੱਧ ਹੋਰ ਪਰਿਵਾਰਾਂ ਦੀ ਮਦਦ ਕਰ ਸਕੇ ਬਸ ਧੰਨਵਾਦ ਜੀ ਬੁਲਾਓ ਅਸੀਂ ਜ਼ਰੂਰ ਆਇਆ ਕਰਾਂਗੇ ਤੁਹਾਡੇ ਕੋਲ ਅਤੇ ਅਸੀਂ ਇਸ ਪਿੰਡ ਦਾ ਨੌਜਵਾਨ ਵੀਰ ਆਪਣੇ ਨਾਲ ਸਾਡੀ ਜਿਹੜੀ ਸੁਸਾਇਟੀ ਦਾ ਮੈਂਬਰ ਆ ਨਵੀਂ ਵੀਰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਇਸ ਪਿੰਡ ਦੇ ਹੋਰ ਵੀ ਬਾਬਿਓ ਅੱਜ ਅਸੀਂ ਪਹੁੰਚੇ ਸੀ ਮਾਨਸਾ ਪਿੰਡ ਕਲਹਿਰੀ ਜਿੱਥੇ ਆ ਬਾਈਆਂ ਨੇ ਬਹੁਤ ਵਧੀਆ ਖੂਨਦਾਨ ਕੈਂਪ ਲਗਾਇਆ ਅਤੇ ਪਹਿਲਾ ਚੌਥਾ ਖੂਨਦਾਨ ਕੈਂਪ ਹੈ ਬਾਈ ਸਾਰੇ ਬਾਹਰੋਂ ਆਏ ਨੇ ਯੂਰਪ ਕੰਟਰੀ ਤੋਂ ਅਤੇ ਬਾਕੀ ਪਿੰਡ ਕਲਹਿਰੀ ਵਿੱਚ ਪਹੁੰਚਿਆ ਅਤੇ ਜਿੰਨਾ ਵੀ ਨੌਜਵਾਨਾਂ ਨੇ ਖੂਨਦਾਨ ਕੀਤਾ ਤੁਹਾਡਾ ਬਾਈ ਬਹੁਤ ਬਹੁਤ ਧੰਨਵਾਦ ਜੇ ਮੇਰੀ ਵੀ ਲੋੜ ਹੋਈ ਮੇਰਾ ਇਹ ਪੋਜ਼ੀਟਿਵ ਹੈ ਕਿਸੇ ਨੇ ਐਮਰਜੈਂਸੀ ਲੋੜ ਹੋਈ ਮੈਂ ਕਈ ਵਾਰ ਜੇ ਬੰਦਾ ਨਾ ਮਿਲੇ ਤਾਂ ਮੈਂ ਕਦੋਂ ਮਰਜ਼ੀ ਬੁਲਾ ਲਓ ਅਸੀਂ ਹਾਜ਼ਰ ਹਾਂ ਅਤੇ ਬਾਈ ਬਹੁਤ ਵਧੀਆ ਕੰਮ ਕਰ ਰਹੇ ਨੇ ਤੁਹਾਡਾ ਕੋਈ ਫੇਸਬੁੱਕ ਬਣਿਆ ਸੱਚੀ ਸੇਵਾ ਸੱਚੀ ਸੇਵਾ ਸੁਸਾਇਟੀ ਯੂਰਪ ਆ ਵੀ ਉਹਨਾਂ ਦਾ ਪੇਜ ਵੀ ਬਣਿਆ ਇੰਸਟਾ ਫੇਸਬੁੱਕ ਹਾਂ ਉੱਥੇ ਸਰਚ ਕਰਕੇ ਜੇ ਆਪਣੇ ਮਾਨਸਾ ਡਿਸਟ੍ਰਿਕਟ ਦੇ ਨੇੜੇ ਤੇਰੇ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਬੇ
ਹੋਰ ਵੀ ਮੁੰਡਾ ਕਿਹੜਾ ਪਿੰਡ ਤੁਹਾਡਾ? ਕਲਹਿਰੀ ਜੀ। ਕਲਹਿਰੀ ਕਲਹਿਰੀ ਖੂਨਦਾਨ ਕਰਤਾ? ਹਾਂਜੀ ਹਾਂਜੀ। ਵੈਰੀ ਗੁੱਡ ਵੈਰੀ ਗੁੱਡ। ਜੇ ਕਿਸੇ ਖੂਨ ਕੱਟਾ ਤਾਂ ਦੱਸੋ ਬਾਬਿਆਂ ਨੂੰ। ਤੇ ਤੁਸੀਂ ਕਹੋ ਮੰਤਰ ਸੁਣਿਆ ਹੋਣਾ, ਸੁਣਿਆ ਮੰਤਰ? ਸੁਣਿਆ ਨੀ ਮੈਨੂੰ। ਚਾਚਾ ਵਾਹ ਕੋਟ ਵਾਲੇ ਸੰਤ ਮੰਤਰ ਮਾਰਗੇ ਕੁੜ ਚੁਗਲਾ ਠਾ। ਬਾਬੇ ਉਹ ਪਿੰਡ ਬੀਰੋ ਕੇ ਪਹੁੰਚੇ ਸੀ, ਮੇਰੇ ਮਾਸੀ ਦੇ ਮੁੰਡੇ ਦਾ ਪਿੰਡ ਆ ਬਾਬੇ ਪਿੰਡ ਬੀਰੋ ਕੇ, ਫੜੇ ਨੇ ਸਾਡੇ ਯਾਰ ਬੇਲੀ ਪੁਰਾਣੇ। ਤੇ ਬਾਈ ਨੇ ਬਾਬੇ ਇਲੈਕਟ੍ਰੀਸ਼ਨ ਦੀ ਦੁਕਾਨ ਕਰੀ ਆ ਬਾਬੇ, ਕਿਸੇ ਵੀ ਤਰ੍ਹਾਂ ਦੀ ਫੀਟਿੰਗ ਕਰਾਉਣੀ ਹੈ ਕੋਈ ਵੀ ਕੰਮ ਹੈ ਮਾਨਸਾ ਡਿਸਟ੍ਰਿਕਟ 'ਚ ਬਾਬੇ ਜ਼ਰੂਰ ਕਰਾਇਓ, ਠੀਕ ਹੈ? ਬਿਜਲੀ ਦਾ ਕੰਮ ਕੋਈ ਵੀ ਹੈ, ਹਰਦੀਪ ਸਿੰਘ ਮਿਸਤਰੀ ਦਾ ਨਾਮ ਆ, ਇਹਦਾ ਨੰਬਰ ਤਸੱਲੀਵਾਜ਼ ਕੰਮ, ਹਾਂ ਆ ਨੰਬਰ ਚੈੱਕ ਕਰ ਲਓ, ਤਸੱਲੀਵਾਜ਼ ਕੰਮ ਕਰੂਗਾ, ਤਸੱਲੀਵਾਜ਼, ਠੀਕ ਹੈ? ਟੋਟੀਆਂ ਦੀ ਫੀਟਿੰਗ ਹੈ, ਘਰਾਂ ਦੀ, ਹਾਂ ਹਾਂ, ਕੰਨਾਂ ਦੀ, ਕਿਤੇ ਵੀ ਸਮਾਨ ਲੈਣਾ ਵਧੀਆ ਹੈ, ਵਧੀਆ ਸ਼ੋਰੂਮ ਤੋਂ ਕੋਈ ਵੀ ਇਲੈਕਟ੍ਰੋਨਿਕ ਦਾ ਸਮਾਨ ਲੈਣ ਡਿਸਕਾਊਂਟ ਤੇ ਮਿਲਦਾ ਹੈ। ਹਾਂ ਕੋਈ ਵੀ ਕੰਮ ਸਮਾਨ ਵੀ ਲੈਣਾ ਡਿਸਕਾਊਂਟ ਤੇ ਮਿਲੂਗਾ ਕੰਮ ਸਮਾਨ, ਠੀਕ ਹੈ ਬਾਬਿਓ? ਬਾਬਿਓ ਬਾਬਿਓ ਸਾਡਾ ਯਾਰ ਅਖਜੀਤ ਅੱਜ ਬਾਹਰ ਜਾ ਰਿਹਾ, ਮੈਂ ਅਖਜੀਤ ਤੁਹਾਨੂੰ ਬਹੁਤ ਮਿਸ ਕਰਾਂਗੇ ਯਾਰ, ਬਾਈ ਯਾਰ ਬਹੁਤ ਜ਼ਿਆਦਾ ਸਟੂਡੈਂਟ ਵੀਜ਼ਾ ਤੇ ਜਾ ਰਿਹਾ ਬਾਬਿਓ, ਨਾਲ ਮਨਿੰਦਰ ਵੀ ਜਾ ਰਿਹਾ ਯਾਰ, ਤੈਨੂੰ ਵੀਜ਼ਾ ਕਿਹਨੇ ਦਿੱਤਾ ਯਾਰ? ਗਲਤੀ ਨਾਲ ਵੀਜ਼ਾ ਦਿੱਤਾ, ਇਹਨੂੰ ਕਿਵੇਂ ਲੈ ਕੇ ਜਾਊਂਗੇ ਨਾਲ, ਇਹਦਾ ਕੀ ਵੀਰ ਬਿੱਡ ਕਰ? ਇਹ ਬਸ ਨਾਲ ਹੀ ਐ, ਬਸ ਹੈਲਪਰ ਹੈਲਪਰ ਹੈ ਸਮਾਨ ਸਮੂਹ ਚੱਕਣ ਵਾਸਤੇ, ਬਸ ਠੀਕ ਹੈ ਠੀਕ ਹੈ। ਕੱਪੜਾ ਵੀ ਜਹਾਜ਼ ਤੇ ਅਸ਼ੇ ਨਹੀਂ ਮਾਰਨਾ ਨਾ ਬਾਬੇ, ਸਾਰੇ ਜਾਣੇ ਯਾਰ ਬਿਲੀ ਜਾ ਰਹੇ ਨੇ, ਇਹਨਾਂ ਨੂੰ ਕੰਮ ਕੁੰਮ ਦਵਾ ਦੇ ਬਾਈ, ਮੰਨ ਕੇ ਉਧਰ ਸਾਫ ਸਫਾਈ ਸਪੂਜਦਾ ਬਹੁਤ ਆ ਬੰਦੇ, ਇਹ ਬੰਦਾ ਰੱਖਿਆ ਹੈਗਾ ਕੱਪੜਾ ਕੁਪੜਾ ਮਾਰ ਤੇ ਜਹਾਜ਼ ਤੇ, ਮੁੰਡੇ ਦਾ ਧੁੰਦ ਪੈਂਦੀ ਹੈ ਨਾ, ਫਿਰ ਸਹੀ ਗੱਲ ਹੈ, ਸਹੀ ਗੱਲ ਹੈ, ਮਾਰਕ ਸ਼ੀਸ਼ੇ ਦੇ ਕੱਪੜਾ ਮਾਰ ਕੇ ਆਇਆ ਕਰੂਗਾ ਹੈ ਵੇ, ਹਾਂ ਇਹ ਮਾਰ ਕੇ ਬਿਲਕੁਲ ਬਿਲਕੁਲ ਜਹਾਜ਼ ਪਰਸਨਲ ਜੈਟ, ਠੀਕ ਹੈ ਠੀਕ ਹੈ। ਬਾਬਿਓ ਧੁੰਦ ਵਾਲੀ ਆ ਬਾਬਿਓ, ਕਦੇ ਝੋਟਾ ਮੂਹਰੇ ਆ ਜਾਂਦਾ, ਕਦੇ ਕੱਟਾ ਆ ਜਾਂਦਾ, ਕਦੇ ਟੱਠਾ ਆ ਜਾਂਦਾ ਬਾਬਿਓ, ਚੰਡੀਗੜ੍ਹ ਵਾਲੇ ਸਾਰੇ ਯਾਰ ਬੇਲੇ ਨੂੰ ਮਿਲਦੇ, ਤਿੰਨ ਦਿਨ ਚੰਡੀਗੜ੍ਹ ਹੈ, ਸੈਚਰਡੇ ਸੰਡੇ ਐਂਡ ਮੰਡੇ, ਦੋ ਤਿੰਨ ਐਮਰਜੈਂਸੀ ਕੰਮ ਨੇ ਉਹ ਕਰਨੇ ਆ, ਤੇ ਆਪਣੇ ਜਿਹੜੇ ਯਾਰ ਜਿਗਰੀ ਹੈਗੇ ਸੀ ਉਹਨਾਂ ਨੂੰ ਮਿਲਦੇ ਆ। ਆਫ ਵੀ ਲੱਗ ਰਿਹਾ, ਆਫ 11 ਦੀ ਪੈਂਟ ਲੈ ਕੇ ਆਉਣੀ, 11 ਦੀ ਪੈਂਟ ਆਈ ਹੈ, ਸਾਨੂੰ ਵੀ ਦਿਵਾ ਕੇ ਲੈ ਕੇ ਆਈ ਚੰਗਾ ਚਾਚਾ, ਫਿਰ ਬੌਂਡ ਦੰਦਾ ਰਹੇ ਚਾਚਾ, ਬੌਂਡ ਵੀ ਲੈ ਲਈ ਚਾਚਾ, ਕਦੋਂ ਕਰਦਾ ਫੇਰ ਦਵਾ ਲੂੰਗਾ ਚਾਚਾ, ਚਾਚਾ ਮੈਂ ਤੇਰੇ ਚਾਚਾ ਇਹਦੀ ਬੌਂਡ ਦਵਾਉਂਗਾ ਚਾਚਾ, ਮੈਂ ਆਪ ਦੀ ਨਹੀਂ ਦਿੰਦਾ, ਕਿਹਦੀ? ਇਹਦੀ ਅੰਬਰਤ ਦੀ ਦਵਾਉਂਗਾ ਚਾਚਾ, ਮੈਂ ਇਹਦੀ ਦਵਾ ਲੈਣਾ ਚਾਚਾ, ਇਹ ਕਹਿੰਦਾ ਹੁੰਦਾ 1,22,000 ਚੱਲ ਗਈ, 1,21,000 ਤੇ ਸਰਵਿਸ ਕਰਾਉਣੀ ਸੀ ਗੱਡੀ ਦੀ, 1,000 ਕਿਲੋਮੀਟਰ ਵੱਧ ਚੱਲ ਗਈ ਗੱਡੀ, ਗੱਡੀ ਭੈਣ ਚ ਉਹਦੀ ਧੂਆਂ ਮਾਰ ਲੱਗ ਗਈ, ਏਜੰਸੀ ਚੋਂ 4 ਫੋਨ ਆ ਕੇ ਕਹਿੰਦੇ ਭੋਸੜੀ ਤੋਂ ਬਿਨਾਂ ਤੇਲ ਤੋਂ ਗੱਡੀ ਅੱਕੀ ਪਰ ਦਿਓ ਚਾਚਾ, ਅੰਬਰ ਤੇ ਵੀ ਸਰਵਿਸ ਕਰਾਉਣੀ ਆ, 10 ਬੰਦੇ ਵੱਧ ਨੰਗਾ ਗਿਆ ਵੀ, ਹਾਏ ਦਈ ਯਾਰ ਹੋਰ ਬੋਲੀ, ਇਹਦੇ ਵੀ ਸਰਵਿਸ ਕਰਾਉਣੇ, ਪੀਜੀਆਈ ਚੋਂ ਕਢਾ ਕੇ ਲਿਆਉਣੇ, ਗੁੱਲੇ ਫਸੇ ਪਏ ਨੇ, ਤੇ ਗੱਡੀ ਦੀ ਵੀ ਸਰਵਿਸ ਕਰਾਉਣੀ ਹੈ, ਮੇਨ ਮੁੱਦਾ ਤਾਂ ਇਹੀ ਹੈ, ਗੱਡੀ ਦੀ ਸਰਵਿਸ ਕਰਾਉਣੀ, ਇੱਕ ਕੰਮ ਹੋਰ ਹੈ, ਇੱਕ ਕੰਮ ਹੋਰ ਅੰਬਰ ਦਾ ਕੰਮ ਆ ਬਸ, ਬਹੁਤੇ ਬੰਦਿਆਂ ਦੇ ਫੋਨ ਆਉਂਦੇ ਨੇ ਬਾਈ, ਸਾਡੀ ਦੁਕਾਨ ਦੀ ਪ੍ਰਮੋਸ਼ਨ ਕਰਨੀ ਹੈ, ਸਾਡੇ ਬਾਈ ਕੱਪੜੇ ਦੀ ਦੁਕਾਨ ਹੈ, ਸਾਡਾ ਆਹ ਕੰਮ ਹੈ, ਸਾਡਾ ਆਹ ਕਰਨਾ ਹੈ, ਸਾਨੂੰ ਇੱਥੇ ਕੋਈ ਵੀ ਕੰਮ ਹੈ ਅਸੀਂ ਆਵਾਂਗੇ, ਤੁਹਾਨੂੰ ਬੁਲਾਓ ਅਸੀਂ ਆਵਾਂਗੇ, ਲੋਕ ਬਹੁਤ ਪੈਸੇ ਲੈਂਦੇ ਨੇ ਪਰ ਅਸੀਂ ਕੋਈ ਪੈਸਾ ਨਹੀਂ ਲੈਂਦੇ, ਇੱਕ ਕੰਮ ਤੁਹਾਨੂੰ ਕਰਨਾ ਪੈਣਾ, ਜਿੰਨੀ ਕੁ ਤੁਹਾਡੀ ਸਰਧਾ ਬਣਦੀ ਆ 5,000-7,000-10,000 ਦੇ ਸਾਡੇ ਲੋਗੋ ਬਣਵਾਓ ਪਹਿਲਾਂ, ਗੱਡੀਆਂ 'ਚ ਟੰਗਣ ਵਾਲੇ ਅਸੀਂ ਤੁਹਾਨੂੰ ਦੱਸਦਾ ਕਿੱਥੋਂ ਬਣਵਾਉਣੇ ਆ, ਸਟਿੱਕਰ ਬਣਵਾਓ, ਲੋਗੋ ਬਣਵਾਓ, ਸਟਿੱਕਰ ਬਣਾਓ, ਅਸੀਂ ਆਵਾਂਗੇ, ਅਤੇ ਉਹ ਉੱਥੇ ਬਸ ਵੰਡ ਰਹੇ, ਜਿਹੜੇ ਵੀ ਬੰਦੇ ਆਉਣਗੇ ਉਹਨਾਂ ਨੂੰ ਸਾਰਿਆਂ ਨੂੰ ਵੰਡ ਰਹੇ ਹਾਂ, ਬਸ ਇਹ ਕੰਮ ਕਰਨਾ ਅਸੀਂ, ਕਿਸੇ ਤੋਂ ਕੋਈ ਪੈਸੇ ਨਹੀਂ ਲੈਂਦੇ, ਜਿੱਥੇ ਨਾ ਹੀ ਲੈਣਾ, ਜਿੱਥੇ ਵੀ ਤੁਸੀਂ ਕਹੋਗੇ ਵੀ ਸਾਡਾ ਬਈ ਆਹ ਸਾਡਾ ਸ਼ੋਰੂਮ ਖੁੱਲ੍ਹ ਰਿਹਾ, ਸਾਡਾ ਆਹ ਕੰਮ ਹੈ, ਸਾਡਾ ਆਹ ਕੰਮ ਕਰਨਾ ਹੈ, ਤੁਹਾਡੀ ਪ੍ਰਮੋਸ਼ਨ ਫੁੱਲ ਕਰਾਂਗੇ, ਸਾਨੂੰ ਬੁਲਾਓ ਅਤੇ ਸਾਡਾ ਆਹ ਕੰਮ ਜ਼ਰੂਰ ਕਰੋ ਜੇ, ਅਤੇ ਉਹ ਚੀਜ਼ ਨਾਲ ਤੁਹਾਡੀ ਪ੍ਰਮੋਸ਼ਨ ਆਉਣੀ, ਕਿਉਂਕਿ ਉਹ ਲੋਗੋ ਸਟਿੱਕਰ ਲੈਣ ਬਹੁਤ ਇਕੱਠ ਹੋਣਾ ਜਿੱਥੇ ਵੀ ਜਾਵਾਂਗੇ, ਅਤੇ ਤੁਹਾਡੀ ਦੁਕਾਨ ਦੀ ਪ੍ਰਮੋਸ਼ਨ ਹੋਣੀ ਆ ਪੂਰੀ, ਠੀਕ ਹੈ? ਤੁਸੀਂ ਅਖਬਾਰ 'ਤੇ ਚੜ੍ਹਾ ਐਡਾ ਲਵਾਉਣਾ, ਕਿਤੇ ਕੁਛ ਕਰਦੇ ਹੋ, ਠੀਕ ਹੈ? ਕਿਸੇ ਸਿੰਗਰਾਂ ਨੂੰ ਦਿੰਦੇ ਹੋ ਪੈਸੇ, 50,000 ਮੰਗੇ ਜਾਂਦੇ, ਕੋਈ ਕੁਛ ਮੰਗੇ ਜਾਂਦਾ, ਆਪਾਂ ਨੇ ਕੁਛ ਨਹੀਂ ਲੈਣਾ, ਉਹ ਲੋਗੋ ਸਟਿੱਕਰ ਲਿਆ ਕੇ ਰੱਖਣੇ ਆ, ਅਤੇ ਅਸੀਂ ਵੰਡ ਦਾਂਗੇ ਤੁਹਾਡੀ ਦੁਕਾਨ 'ਤੇ ਆ ਕੇ, ਨਾਲੇ ਤੁਹਾਡੀ ਦੁਕਾਨ ਦੀ ਮਹੂਰਤ ਕਰ ਦਾਂਗੇ ਓਪਨਿੰਗ, ਸੋ ਜੇ ਕਿਸੇ ਨੇ ਵੀ ਕਰਾਉਣੀ ਹੈ, ਠੀਕ ਹੈ, ਇਹ ਕੰਮ ਪਹਿਲਾਂ ਕਰਾ ਕੇ ਰੱਖੋ, ਸਾਨੂੰ ਦੱਸੋ ਵੀ ਇੰਨੇ ਮੈਂ ਲੋਗੋ ਬਣਵਾ ਲਏ, ਇੰਨੇ ਸਟਿੱਕਰ,
ਠੀਕ ਹੈ, ਇੰਨੇ ਗੱਡੀਆਂ ਟੰਗਣ ਵਾਲੇ, ਇੰਨੇ ਛੱਲੇ ਬਣਾ ਲਏ ਡੀ ਐਕਸ ਐਕਸ ਦੇ, ਇੱਦਾਂ ਦੇ, ਠੀਕ ਹੈ, ਇੱਦਾਂ ਦੇ, ਅਤੇ ਇੱਕ ਛੋਟੇ ਦੂਜੇ ਗੱਡੀਆਂ ਟੰਗਣ ਵਾਲੇ, ਫਿਰ ਸਾਨੂੰ ਤੁਸੀਂ ਕਾਲ ਕਰ ਲਓ 97804-90000, ਠੀਕ ਹੈ, ਸਾਡੇ ਮੈਨੇਜਰ ਦਾ ਨੰਬਰ ਹੈ 97804-90000, ਜਾਂ ਸਾਨੂੰ ਮੇਲ ਕਰ ਸਕਦੇ ਹੋ ਪ੍ਰੋਡਿਊਸਰ DXX@gmail.com